ਜਪ ਤਪ ਸੰਜਮ ਤੁਮ ਖੰਡੇ, ਤੁਮ ਖੰਡੇ। ਜਿਹੜਾ ਮਨ ਹੈ ਨਾ, ਜਪ ਤਪ ਸੰਜਮ ਨੂੰ ਖੰਡਨ ਕਰਦਾ। ਜਪ ਜਪ ਬਾਣੀ ਪੜ੍ਹਨੀ, ਵਿਚਾਰ ਮਾਲਕ ਨਾਲ ਜੁੜਨਾ, ਇਹ ਖੰਡਨ ਕਰਦਾ। ਕਹਿੰਦੇ ਛੱਡੋ ਬਾਣੀ, ਨਿਤਨੇਮ, ਨਿਤ ਸਹਿਜ ਪਾਠ ਮਨ ਕਹਿੰਦੇ ਛੱਡੋ। ਤਪ ਸੇਵਾ, ਸੇਵਾ ਤੋਂ ਵੀ ਰੋਕਦਾ। ਕਈ ਵਾਰ ਤਾਂ ਸਟੇਟਸ ਦਾ ਪੰਗਾ ਖੜਾ ਕਰ ਦਿੰਦਾ ਮਨ ਅੰਦਰ ਹੀ। ਲੋ ਤੂੰ ਵੱਡਾ ਵੱਡਾ ਬੰਦਾ, ਤੂੰ ਲੋਕਾਂ ਦੇ ਭਾਂਡੇ ਜ਼ਿਆਦਾ ਚੰਗਾ ਲੱਗਦਾ ਕਹਿੰਦੇ। ਤੂੰ ਐਡੇ ਤਕੜੇ ਘਰ ਦੀ ਨੂੰਹ ਤੇ ਤੂੰ ਚੰਗੀ ਲੈ, ਫਿਰ ਲੋਹਾਂ 'ਤੇ ਜਾ ਕੇ ਸੇਵਾ ਕਰਦੀ, ਹੱਥ ਮਚਾ ਲਏਗੀ। ਸੋ ਮਨ ਹੈ ਜਿਹੜਾ ਸੇਵਾ ਤੋਂ ਵੀ ਰੋਕਦਾ। ਜਪ ਤਪ ਸੰਜਮ ਪਰਹੇਜ਼ ਨੂੰ ਕਹਿੰਦੇ ਆ। ਸੰਜਮ ਵੀ ਤੋੜਦਾ ਅੱਖਾਂ ਦਾ, ਕੰਨਾਂ ਦਾ, ਜੀਭ ਦਾ। ਇੱਕ ਇਹਦੇ ਮਗਰ ਲੱਗ ਕੇ ਖੰਡਣ ਨਾ ਕਿਤੇ ਹੋ ਜਾਏ, ਪਿੱਛੇ ਨਹੀਂ ਲੱਗਣਾ। ਬਹੁਤ ਮਿਲਦੇ ਨੇ, ਇਹੀ ਕਹਿੰਦੇ ਨੇ ਸਾਰੇ ਭਾਈ ਸਾਹਿਬ ਜੀ, ਗੁਰਬਾਣੀ ਪੜ੍ਹਨ ਨੂੰ ਮਨ ਨਹੀਂ ਕਰਦਾ। ਮੈਂ ਕਹਿੰਦਾ ਹੁਣ ਮਨ ਨਹੀਂ ਕਰਦਾ ਤਾਂ ਵੀ ਪੜ੍ਹ ਲਿਆ ਕਰ, ਤੇ ਇੰਨਾ ਕਹਿ ਦੇਣਾ। ਫਿਰ ਅੱਗੋਂ ਪੁੱਛਣ ਵਾਲਾ ਕਹਿੰਦਾ ਸੰਤੁਸ਼ਟੀ ਨਹੀਂ ਹੋਈ ਜਵਾਬ। ਮੈਂ ਕਿਹਾ ਮਨ ਨਹੀਂ ਕਰਦਾ, ਤੁਸੀਂ ਕਹਿੰਦੇ ਮਨ ਨਹੀਂ ਕਰਦਾ ਤਾਂ ਵੀ ਪੜ੍ਹ ਲਿਆ ਕਰ। ਜਦੋਂ ਮਨ ਨਹੀਂ ਕਰਦਾ ਫਿਰ ਮੈਂ ਕਿਵੇਂ ਪੜ੍ਹਿਆ ਕਰਾਂ? ਮੈਂ ਫਿਰ ਕਹਿ ਦੇਣਾ ਪੜ੍ਹ ਲਿਆ ਕਰ। ਉਹਨੂੰ ਸਮਝ ਨਾ ਆਈ ਪੁੱਛਣ ਵਾਲੇ ਨੂੰ। ਕਹਿੰਦਾ ਕਿਵੇਂ ਪੜ੍ਹਾਂ ਜਦੋਂ ਮਨ ਹੀ ਨਹੀਂ ਕਰਦਾ? ਫਿਰ ਤਾਂ ਮਤਲਬ ਤੂੰ ਮਨ ਮਗਰ ਲੱਗਦਾ ਨਾ। ਮੈਂ ਕਿਹਾ, ਮੈਂ ਕਿਹਾ ਕੀ ਕੰਮ ਕਰਦਾ? ਕਹਿੰਦਾ ਖੇਤੀ ਕਰਦਾ। ਵਰਤੀਆਂ ਗੱਲਾਂ ਹੁੰਦੀਆਂ, ਮਿਲਦੇ ਰਹਿੰਦੇ ਨੇ ਬਹੁਤ। ਖੇਤੀ ਕਰਦਾ, ਕਿਉਂਕਿ ਮੈਂ ਜਿਹੋ ਜਿਹੀ ਗੱਲ ਆ ਉਹੋ ਜਿਹੀ ਬਣਾ ਦਿੰਦਾ। ਖੇਤੀ ਕਰਦਾ ਹਾਂ। ਮੈਂ ਠੀਕ ਹੈ, ਉਹ ਜਿਸ ਵੇਲੇ ਦੀ ਗੱਲ ਹੈ ਇਹ, ਉਦੋਂ ਭਾਵ ਕਿ ਆ ਮੇਰੇ ਖਿਆਲ ਉਦੋਂ ਸ਼ਾਇਦ ਪੋਹ ਮਾਘ ਦਾ ਮਹੀਨਾ ਸੀ। ਮੈਂ ਕਿਹਾ ਕਣਕ ਬੀਜੀ ਹੈ? ਕਹਿੰਦਾ ਹਾਂਜੀ ਕਣਕ ਹੀ ਬੀਜੀ ਦੀ। ਮੈਂ ਕਿਹਾ ਮੰਨ ਲਓ ਉੱਧਰੋਂ ਧੁੰਦ ਪੈਂਦੀ ਹੈ, ਠੰਡ ਬਹੁਤ ਹੈ, ਦੰਦ ਕੜੱਕਾ ਵੱਜਦਾ, ਉੱਧਰੋਂ ਕਣਕ ਨੂੰ ਪਾਣੀ ਲਾਉਣਾ, ਮਨ ਕਰਦਾ ਨਹੀਂ ਖੇਤ ਜਾਣ ਨੂੰ, ਫਿਰ ਕੀ ਕਰਦਾ? ਇਹ ਅੱਖਾਂ ਜਿਹਾ ਖੁੱਲ ਗਈਆਂ ਉਹਦੀਆਂ। ਕਹਿੰਦਾ ਮਨ ਭਾਵੇਂ ਨਹੀਂ ਕਰਦਾ, ਮੈਂ ਤਾਂ ਵੀ ਵਗ ਜਾਂਦਾ ਪਾਣੀ ਲਾਉਣ। ਕਾਹਤੇ? ਕਹਿੰਦਾ ਮੈਂ ਸੋਚਦਾ ਵੀ ਫਿਰ ਜਵਾਕ ਭੁੱਖੇ ਮਰਨਗੇ, ਜਵਾਕ ਭੁੱਖੇ ਮਰਨਗੇ, ਸਰਨਾ ਨਹੀਂ, ਸਰਨਾ ਨਹੀਂ। ਆਪੀ ਦੀ ਤੂੰ ਜਵਾਬ ਦੇ ਤਾ ਨਾ, ਭਾਵ ਤੇਰੀ ਅੰਦਰਲੀ ਸੈਂਸ ਹੈ ਜਿਹੜੀ, ਇਹਨੂੰ ਫਾਰਮੂਲਾ ਫੜੋ, ਸੈਂਸ ਸਮਝ। ਅੰਦਰ ਦੀ ਸੈਂਸ ਮਨ ਦੀ ਲਗਾਮ ਹੈ। ਸਟੇਟਮੈਂਟ ਨੋਟ ਕਰ ਲਓ, ਅੰਦਰ ਦੀ ਸਮਝ ਮਨ ਦੀ ਲਗਾਮ ਹੈ। ਤੂੰ ਸਮਝ ਵਰਤ ਲਈ ਨਾ ਵੀ ਸਰਨਾ ਨਹੀਂ। ਮਹਾਂ ਬਾਣੀ ਪੜ੍ਹਨ ਵੇਲੇ ਵੀ ਮਨ ਨੂੰ ਕਹਿੰਦਾ ਕਰ ਸਰਨਾ ਨਹੀਂ, ਬੋਲੋ ਸਤਨਾਮ। ਉੱਥੇ ਤੂੰ ਮਨ ਦੇ ਮਗਰ ਲੱਗ ਜਾਂਦਾ। ਖੇਤ ਜਾਣ ਨੂੰ ਜੀ ਨਹੀਂ ਕਰਦਾ, ਉੱਥੇ ਕਹੀ ਜਾ ਕੇ ਤੁਰ ਪੈਣਾ। ਜਦੋਂ ਕਹੀ ਜਾ ਕੇ ਤੁਰ ਪਿਆ ਖੇਤ ਜਾ ਕੇ, ਮਾੜਾ ਜਿਹਾ ਲੱਗਿਆ ਕੰਮ ਤੇ, ਮਨ ਨਾ ਰਲ ਗਿਆ। ਮਨ ਨੂੰ ਸਮਝੋ ਕੀ ਹੈ ਇਹ, ਮਨ ਨਾ ਰਲ ਗਿਆ ਤਾਂ ਭਾਵ ਸਮਝ ਗਿਆ ਵੀ ਉਹੀ ਮਨ ਕਹੀ ਜਾਂਦਾ। ਠੰਡ ਜੀ ਤਾਂ ਕੋਈ ਨਹੀਂ, ਐਵੇਂ ਹੀ ਲੱਗਦਾ ਸੀ ਘਰੇ, ਚੰਗਾ ਭਲਾ ਖੇਤ ਕੰਮ ਕਰੀ ਜਾਂਦਾ, ਮਨ ਵੀ ਲੱਗਿਆ ਪਿਆ। ਬੋਲੋ ਸਤਨਾਮ। ਬਸ ਤੂੰ ਇਹਦੇ ਮਗਰ ਨਾ ਲੱਗੇ, ਤੇਰੇ ਮਗਰ ਲੱਗ ਜਾਊ। ਸਮਝ ਗਏ ਮਨ ਕੀ ਚੀਜ਼ ਹੈ? ਫਾਰਮੂਲਾ ਸਮਝ ਜਾਗਾ ਸੌਖੀ ਢੰਗ ਨਾਲ, ਤੇਰੇ ਮਗਰ ਲੱਗੂ ਇਹ। ਫਿਰ ਲੱਗਿਆ ਨਹੀਂ, ਦੇਖੋ ਵਧੀਆ ਕੰਮ ਕਰੀ ਜਾਂਦਾ। ਦੁਕਾਨਦਾਰ ਦਾ ਕਈ ਵਾਰੀ ਜਾਣ ਨੂੰ ਜੀ ਨਹੀਂ ਕਰਦਾ ਦੁਕਾਨ 'ਤੇ, ਨਾ ਲੈ ਕੇ ਚਾਬੀ ਤੁਰ ਜਾਂਦਾ, ਸ਼ਟਰ ਖੋਲ੍ਹ ਕੇ ਪਾਣੀ ਪੂਣੀ ਛਿੜਕਿਆ, ਝਾੜੂ ਜਿਹਾ ਮਾਰਿਆ, ਮਨ ਲੱਗ ਗਿਆ ਸਾਰਾ ਦਿਨ ਉਹ ਬੈਠਾ ਦੁਕਾਨ 'ਤੇ, ਤੜਕੇ ਜੀ ਨਹੀਂ ਕਰਦਾ ਸੀ ਉਹਨੂੰ। ਸੌਖੀਆਂ ਧਾਰਨਾ ਨੇ। ਡਾਂਕ ਹੀ ਹੈ ਪੋਸਟਮੈਨ, ਮੀਂਹ ਪੈਂਦਾ ਚੱਲ ਮੰਨ ਲਓ ਮੌਸਮ ਹੋਣਾ ਜਿਵੇਂ, ਉਦੋਂ ਚਿੱਠੀਆਂ ਵੰਡਣੀਆਂ, ਮਨ ਪਤਾ ਕੀ ਕਹਿੰਦਾ? ਉਵੇਂ ਬੋਲਾਂ, ਮਨ ਕਹਿੰਦਾ ਉੱਥੇ ਸ਼ਫਲ ਸ਼ਫਲ ਕਰਦਾ ਜਾਏਗਾ, ਗਿੱਟਾ ਤਲਾ ਲਏਗਾ, ਚਿੱਕੜ ਹੋਇਆ ਪਿਆ, ਡਿੱਗ ਪਏਗਾ। ਪਰ ਅੰਦਰ ਦੀ ਸੈਂਸ ਕੀ ਕਹਿੰਦੀ? ਲਗਾਮ ਪਾ ਲਿਆ ਅੰਦਰ ਦੀ ਸੈਂਸ ਨੇ,
ਉਹ ਕਿਸੇ ਦੀ ਜ਼ਰੂਰੀ ਚਿੱਠੀ ਹੁੰਦੀ ਹੈ, ਇੰਟਰਵਿਊ ਦੀ ਨੁਕਸਾਨ ਨਾ ਹੋ ਜੇ, ਸ਼ਿਕਾਇਤ ਨਾ ਹੋ ਜੇ, ਨੌਕਰੀ ਨਾ ਵਗ ਜੇ, ਅੰਦਰ ਦੀ ਸੈਂਸ ਕਹਿੰਦੀ ਲਗਾਮ ਪਾ ਲਿਆ ਮਨ ਨੂੰ, ਲੈ ਕੇ ਛਤਰੀ ਚੱਕਿਆ ਆਪਣਾ ਚਿੱਠੀਆਂ ਵਾਲਾ ਬਕਸਾ, ਉਹ ਮੀਂਹ ਪੈਂਦੇ 'ਚ ਹੀ ਬਣਦਾ ਫਿਰਦਾ। ਜੋ ਛਤਰੀ ਲੈ ਕੇ ਘਰੋਂ ਨਿਕਲ ਗਿਆ, ਪੋਸਟਮੈਨ ਨਾਲ ਦੀ ਨਾ ਮਨ, ਕਹਿਦੇ ਹੋ ਨਾਲ ਦੀ ਨਾ ਮਨ ਲੱਗ ਗਿਆ। ਦਿੱਤੀਆਂ ਗੱਲਾਂ ਸਮਝ ਗਏ, ਹੁਣ ਫਾਰਮੂਲਾ ਸਮਝ ਗਏ, ਅੰਦਰ ਦੀ ਸੈਂਸ ਮਨ ਦੀ ਲਗਾਮ ਹੈ। ਐਵੇਂ ਨਾ ਰੋਈ ਜਾਇਆ ਕਰੋ, ਮਨ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਸੈਂਸ ਵਰਤੋਂ ਦੀ ਲਗਾਮ ਮੇਰੇ ਕੋਲ ਹੈ, ਸਮਝ ਵਰਤੋਂ ਅੰਦਰ ਦੀ। ਕਿੰਨੀਆਂ ਉਦਾਹਰਨਾਂ ਲੈ ਲਓ, ਜਿੰਨੀਆਂ ਮਰਜ਼ੀ ਤੁਸੀਂ ਉਦਾਹਰਨਾਂ ਬਣਾ ਲਓ, ਫਾਰਮੂਲਾ ਦੇ ਤਾ ਤੁਹਾਨੂੰ। ਹੋਰ ਇੱਕ ਬਣਾ ਲਓ, ਫੌਜੀ ਸਾਹਿਬ ਬੈਠੇ ਆ, ਇਹ ਬਣਾ ਦਿੰਦੇ ਫੌਜੀ ਸਾਹਿਬ ਡਿਊਟੀ 'ਤੇ ਅਸੀਂ ਛੁੱਟੀ ਆਏ ਹੈ ਨਾ, ਛੁੱਟੀ ਹੋ ਗਈ ਪੂਰੀ, ਮਨ ਨਹੀਂ ਕਰਦਾ ਜਾਣ ਨੂੰ, ਮਾਤਾ ਪਿਤਾ ਭੈਣ ਭਰਾ ਬੱਚੇ ਛੱਡ ਕੇ ਕਿੱਥੇ ਜਾਵਾਂਗੇ, ਮਨ ਤਾਂ ਕਰਦਾ ਨਹੀਂ ਗਾ। ਅੰਦਰ ਦੀ ਸੈਂਸ ਕੀ ਕਹਿੰਦੀ, ਪਿੱਠੂ ਲਾ ਕੇ ਲੈ ਕੇ ਜਾਣਗੇ, ਇੱਥੋਂ ਗਲੀਆਂ 'ਚੋਂ ਇੱਥੇ ਹੀ ਫਿਰਦਾ ਮੌਜਣਾ, ਕਰਦਾ ਨਹੀਂ ਮਨ। ਅੰਦਰ ਦੀ ਸਮਝ ਵਰਤੀ ਨਾ, ਲੈ ਕੇ ਬਹਿ ਘਰੋਂ ਤੁਰ ਗਿਆ, ਮਨ ਮਗਰ ਨਹੀਂ ਲੱਗਿਆ ਫੌਜੀ, ਅਤੇ ਜਾ ਕੇ ਘਰੇ ਕੀ ਫੋਨ ਕਰਤਾ, ਫਿਕਰ ਨਾ ਕਰਿਓ ਮੇਰਾ ਮਨ ਲੱਗ ਗਿਆ, ਬੋਲੋ ਸਤਨਾਮ। ਲੈ ਦੇਖ ਲਾ, ਹੁਣ ਘਰਦਿਆਂ ਨੂੰ ਮੱਤਾ ਦੇਈ ਜਾਂਦਾ, ਕਹਿੰਦਾ ਮਨ ਲੱਗ ਗਿਆ ਮੇਰਾ, ਆ ਕੇ ਇੱਥੇ ਫਿਕਰ ਨਾ ਕਰੋ, ਵੀ ਘਰੋਂ ਬੁਸ ਬਹੁਜੀ ਕਰਦਾ ਗਿਆ ਸੀ, ਮਨ ਲੱਗ ਗਿਆ। ਸੋ ਕਹਿਣ ਦਾ ਭਾਵ ਕੀ ਹੈ, ਬਸ ਹੁਣ ਲਗਾਮ ਪਾ ਲਿਓ, ਤੂੰ ਸੌਖਾ ਤੁਹਾਨੂੰ ਫਾਰਮੂਲਾ ਦੱਸਦਾ, ਬਸ ਇਹ ਲਗਾਮ ਪਾਲੋ, ਸੈਂਸ ਵਰਤੋ। ਜਿਸ ਵੇਲੇ ਜਿਹੜੇ ਕਹਿੰਦੇ ਨਾ ਜੀ ਨਹੀਂ ਕਰਦਾ, ਜੇ ਤੂੰ ਸ਼ੁਰੂ ਕਰ ਦੇ, ਇੱਕ ਉਹ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਬਸ ਇੱਥੋਂ ਤੱਕ ਜਾਂਦਾ ਜਾਂਦੀ ਮਨ ਲੱਗ ਜੂ, ਕਿ ਉਹਨੂੰ ਪਤਾ ਲੱਗ ਗਿਆ ਮੇਰੇ ਮਗਰ ਲੱਗਿਆ ਨਹੀਂ, ਇਹਨੇ ਸ਼ੁਰੂ ਕਰਤਾ ਪਾਠ, ਬਸ ਗੁਰਪ੍ਰਸਾਦ ਤੱਕ ਜਾਂਦੀ ਉਹ ਲੱਗ ਗਿਆ, ਫਿਰ ਪੜ੍ਹੀ ਜਾ ਲੱਗੇ ਸਾਰਾ ਜਪਜੀ ਸਾਹਿਬ। ਨੁਕਤਾ ਹੈ ਬਸ, ਜੇ ਪਹਿਲੀਆਂ 'ਚ ਹੀ ਮਨ ਮਗਰ ਲੱਗ ਗਿਆ ਤੂੰ ਮਨ ਜਿੱਤ ਗਿਆ, ਜੇ ਮਨ ਮਗਰ ਨਾ ਲੱਗ ਗਿਆ ਆਪਣੀ ਸਮਝ ਵਰਤ ਕੇ ਸ਼ੁਰੂ ਕਰਤਾ ਤੇ ਮਨ ਤੇਰੇ ਪਿੱਛੇ ਲੱਗ ਗਿਆ। ਕਹਿੰਦਾ ਚਲ ਠੀਕ ਹੈ, ਮੈਂ ਵੀ ਤੇਰੇ ਨਾਲ ਹੀ ਪੜ੍ਹਨਾ,